ਦਿਨਾਂ ਤੋਂ ਲੁਧਿਆਣਾ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਤੇ ਉਹਨਾਂ ਦੇ ਸਪੁੱਤਰ ਸਾਬਕਾ ਕਮਿਸ਼ਨਰ ਜਸਪਾਲ ਸਿੰਘ ਗਿਆਸਪੁਰਾ ਦੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਦੀਆਂ ਲਗਾਤਾਰ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਆ ਰਹੀਆਂ ਖਬਰਾਂ ਨੂੰ ਲੈ ਕੇ ਜਸਪਾਲ ਸਿੰਘ ਗਿਆਸਪੁਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕੇ ਪ੍ਰੈਸ ਵਾਰਤਾ ਕਰ ਇਹਨਾਂ ਖਬਰਾਂ ਦਾ ਪੂਰੀ ਤਰ੍ਹਾਂ ਨਾਲ ਖੰਡਨ ਕੀਤਾ ਗਿਆ। ਸਮੁੱਚਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ, ਸਾਡੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਜੀ ਨਾਲ, ਔਰ ਸਾਡਾ ਵਫਾਦਾਰ ਪਰਿਵਾਰ ਆ। ਅਸੀਂ ਇਹੋ ਜਿਹੀ ਗੱਲ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦੇ। ਔਰ ਮੇਰੇ ਪਿਤਾ ਜੀ ਜਿਹੜੇ ਪਿਛਲੇ ਦਿਨਾਂ 'ਚ ਹਸਪਤਾਲ ਦਾਖਲ ਸੀ, ਉਹਨਾਂ ਦੇ ਹਸਪਤਾਲ ਦਾਖਲ ਦੇ ਦੌਰਾਨ ਮੈਨੂੰ ਇਹ ਪੁੱਛਿਆ ਗਿਆ ਕਿ ਤੁਹਾਡੇ ਪਿਤਾ ਜੀ ਗਿਆਸਪੁਰ ਸਕੂਲ 'ਚ ਮੁੱਖ ਮੰਤਰੀ ਸਾਹਿਬ ਨੂੰ ਨਾਲ ਜੁਆਇਨ ਕਰ ਰਹੇ। ਮੈਨੂੰ ਇਸ ਗੱਲ ਦਾ ਗਹਿਰਾ ਦੁੱਖ ਲੱਗਿਆ ਵੀ ਕਿ ਇਹੋ ਜਿਹੀ ਕਦੇ ਕੋਈ ਗੱਲ ਹੀ ਨਹੀਂ ਹੋਈ। ਇਸ ਗੱਲ ਲਈ ਮੈਂ ਮੀਡੀਆ ਵੀਰਾਂ ਰਾਹੀਂ ਕਹਿਣਾ ਕਿ ਇਹੋ ਜਿਹਾ ਕਰੂੜ ਪ੍ਰਚਾਰ ਬੰਦ ਹੋਵੇ। ਜੋ ਵੀ ਇਹੋ ਜਿਹਾ ਪ੍ਰਚਾਰ ਕਰ ਰਿਹਾ, ਸਾਡੇ ਪਰਿਵਾਰ ਦੇ ਅਕਸ ਨੂੰ ਬੜੀ ਸੱਟ ਲੱਗ ਰਹੀ। ਲੁਧਿਆਣਾ ਤੋਂ ਯੋਗੇਸ਼ ਕਪੂਰ ਦੇ ਨਾਲ ਦੀਪਕ ਪਾਂਡੇ ਦੀ ਰਿਪੋਰਟ, ਚੈਨਲ 2।